ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ ਨਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ ਜੀ। ਅੱਜ ਆਪਾਂ ਫਿਰ ਜਾਣਾਂਗੇ ਪੰਨੂ ਸਾਹਿਬ ਕੋਲੋਂ ਕਿ ਦੇਸ਼ ਦੁਨੀਆ ਜੋ ਕੁਝ ਵਾਪਰ ਰਿਹਾ ਉਹਦੇ ਪਿੱਛੇ ਕੀ ਕਾਰਨ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਪੰਨੂ ਸਾਹਿਬ, ਇਸ ਵਕਤ ਭਾਰਤ ਦੇਸ਼ ਮਹਾਨ ਦੇ ਵਿੱਚ ਚਾਹੇ ਕੋਈ ਬੱਚਾ ਹੋਵੇ, ਬੁੱਢਾ ਅਤੇ ਚਾਹੇ ਕੋਈ ਨਿਆਣਾ, ਹਰੇਕ ਦੇ ਮਨ 'ਤੇ ਨਾ ਜੀ ਕ੍ਰਿਕਟ ਦਾ ਭੂਤ ਬੜਾ ਸਵਾਰ ਆ। ਅਤੇ ਜਦੋਂ ਦਾ ਇਹ IPL ਵਾਲਾ ਕੰਮ ਆਇਆ, ਪਲੇਅਰਾਂ ਦੀ ਖਰੀਦੋ ਫਰੋਖਤ ਵਾਲਾ ਕੰਮ ਹੁੰਦਾ ਅਤੇ ਉਸ ਤੋਂ ਬਾਅਦ ਛੋਟੇ ਛੋਟੇ ਓਵਰਾਂ 'ਚ ਨਾਲ ਦੀ ਨਾਲ ਦੜੇ ਸੱਟੇ ਵਾਲਾ ਕੰਮ ਜਿਹੜਾ ਸੀ ਉਹਦੀ ਚਰਚਾ ਵੀ ਚੱਲ ਪਈ। ਹੁਣ ਵੀ IPL ਸੀਜ਼ਨ ਖਤਮ ਹੋਣ ਦੀ ਗੱਲ ਹੋਈ ਆ ਅਤੇ ਅਰਬਾਜ਼ ਖਾਨ ਜਿਹੜਾ ਕਿ ਸਲਮਾਨ ਖਾਨ ਸਾਹਿਬ ਦਾ ਭਰਾ ਆ, ਉਹਦਾ ਨਾਮ ਇਹਦੇ ਵਿੱਚ ਆ ਗਿਆ ਦੜੇ ਸੱਟੇ ਦੇ ਵਿੱਚ। ਕੀ ਦੇਖਦੇ ਹੋ ਸਾਰੇ ਕੁਛ? ਗੁਰਪ੍ਰੀਤ ਜੀ, ਜਦੋਂ ਅਸੀਂ ਲੋਕ ਛੋਟੇ ਹੁੰਦੇ ਸੀ ਜੀ, ਉਦੋਂ ਗਿਣਤੀ ਦੇ ਭਲਵਾਨ ਹੁੰਦੇ ਸੀ ਮੇਰ ਤੀਨ, ਚੰਦ ਕੀ ਰਾਮ, ਬੰਤਾ ਬਲਟੋਈਆ, ਦਾਰਾ ਸੋਮ, ਅਤੇ ਕਦੇ ਕਦੇ ਦੋਸ਼ ਲੱਗਦਾ ਹੁੰਦਾ ਸੀ ਕਿ ਮਿਲ ਕੇ ਕੁਸ਼ਤੀ ਲੜਦੇ ਆ ਕਿ ਤੇਰੇ ਪਿੰਡ ਆਵਾਂ ਅਤੇ ਮੈਂ ਜਾਣ ਕੇ ਹਾਰ ਜੂ, ਤੇਰੀ ਬਹਿਜਾ ਬਹਿਜਾ ਹੋ ਜਾਵੇ, ਮੇਰੇ ਪਿੰਡ ਆ ਕੇ ਤੂੰ ਹਾਰ ਜੀ। ਅੱਛਾ, ਇਹ ਦੋਸ਼ ਲੱਗਦੇ ਸੀ, ਸਾਨੂੰ ਕੀ ਪਤਾ ਸੱਚ ਸੀ ਝੂਠ ਸੀ, ਬੱਚੇ ਸਾਂ। ਫਿਰ ਅਸੀਂ ਵੱਡੇ ਹੋਏ ਅਤੇ ਅਸੀਂ ਇਹ ਸੁਣਨਾ ਸ਼ੁਰੂ ਕਰਤਾ ਕਿ ਕੁਝ ਟੀਮਾਂ ਜਿਹੜੀਆਂ ਨੇ ਸੌਦਾ ਮਾਰ ਕੇ ਇੱਕ ਦੂਸਰੇ ਕੋਲੋਂ ਹਾਰਨ ਲੱਗ ਪਈਆਂ ਨੇ। ਬਹੁਤਾ ਰੌਲਾ ਉਦੋਂ ਪਿਆ ਜਦੋਂ KPS ਗਿੱਲ ਭਾਰਤ ਦੀ ਹਾਕੀ ਦਾ ਮੁਖੀ ਬਣਿਆ ਜੀ, ਅਤੇ ਇੱਕ ਮੁਕਾਬਲੇ ਦੇ ਵਿੱਚ ਜਾ ਕੇ ਇਹ ਰੌਲਾ ਪੈ ਗਿਆ ਕਿ ਫਲਾਣੀ ਟੀਮ ਤੋਂ ਭਾਰਤੀ ਹਾਕੀ ਟੀਮ ਜਾਣ ਬੁੱਝ ਕੇ ਹਾਰ ਗਈ ਆ ਕੋਈ ਲੈ ਦੇ ਕਰਕੇ, ਤਾਂ ਕਿ ਉਸ ਟੀਮ ਨੂੰ ਮਾੜੀ ਨੂੰ ਅਖੀਰਲੇ ਚੌਂਚ ਲਿਆਂਦਾ ਜਾਵੇ ਅਤੇ ਜਿਹੜੀ ਤਕੜੀ ਇੱਕ ਆਉਂਦੀ ਪਈ ਸੀ ਉਹਦਾ ਰਾਹ ਰੋਕਿਆ ਜਾਵੇ ਅਤੇ ਭਾਰਤ ਫਿਰ ਉਸ ਮਾੜੀ ਟੀਮ ਨਾਲ ਖੇਡ ਸਕੇ, ਇੱਦਾਂ ਦਾ ਦੋਸ਼ ਲੱਗ ਗਿਆ ਸੀ। ਅੱਛਾ ਜੀ, ਪਰ ਉਹਦੇ 'ਚ ਪੈਸੇ ਦਾ ਬਹੁਤੇ ਲੈਣ ਦੇਣ ਨਹੀਂ, ਥੋੜ੍ਹੇ ਚਰਚਾ ਚੱਲੀ ਸੀ, ਬਹੁਤੀ ਨਹੀਂ। ਵੱਡਾ ਰੌਲਾ ਉਦੋਂ ਪਿਆ ਜਦੋਂ ਕ੍ਰਿਕਟ ਦੇ ਵਿੱਚ ਸਾਊਥ ਅਫਰੀਕਾ ਦਾ ਜਿਹੜਾ ਕੈਪਟਨ ਸੀ ਹੈਂਸੀ ਕਰੋਨੀ, ਸਾਰੀ ਦੁਨੀਆ 'ਚ ਉਹਦੀ ਧੁੰਮ ਮੱਚੀ ਸੀ, ਖਿਡਾਰੀ ਬਹੁਤ ਵਧੀਆ ਸੀ ਜੀ, ਇਹ ਰੌਲਾ ਪੈ ਗਿਆ ਕਿ ਕਦੇ ਕਦੇ ਉਹ ਸੌਦਾ ਮਾਰਦਾ ਅਤੇ ਉਹਦੀ ਟੀਮ ਸੌਦਾ ਮਾਰ ਕੇ ਹਾਰਦੀ। ਉਸ ਸੱਟੇਬਾਜ਼ੀ 'ਚ ਸਾਡੇ ਕੁਝ ਪਲੇਅਰਾਂ ਦੇ ਨਾਂ ਆਏ, ਇੱਕ ਬੰਦਾ ਜਿਹੜਾ ਟੀਮ ਦਾ ਕੈਪਟਨ ਸੀ ਅਤੇ ਇਸੇ ਦੋਸ਼ ਹੇਠ ਜਿਹਨੂੰ ਕ੍ਰਿਕਟ ਵਿੱਚੋਂ ਕੱਢਿਆ ਗਿਆ ਜੀ, ਉਹਨੂੰ ਬਾਅਦ 'ਚ ਕਾਂਗਰਸ ਪਾਰਟੀ ਵਾਲਿਆਂ ਨੇ ਪਾਰਲੀਮੈਂਟ ਦਾ ਮੈਂਬਰ ਬਣਾ ਦਿੱਤਾ, ਇੱਕ ਵਾਰ ਨਹੀਂ, ਦੋ ਵਾਰ ਨਹੀਂ, ਤਿੰਨ ਵਾਰ ਬਣਾ ਦਿੱਤਾ ਜੀ, ਜਾਂ ਤਾਂ ਪਤਾ ਲੱਗਿਆ ਕਿ ਕਮਾਊ ਪੁੱਤ ਆ। ਇੱਕ ਹੋਰ ਸੀਗਾ ਉਹਦੇ ਨਾਲ ਦਾ, ਉਹਨੂੰ BJP ਦੀ ਭਾਈਵਾਲ ਸਮਤਾ ਪਾਰਟੀ ਵਾਲਿਆਂ ਨੇ ਬੁੱਕਲ 'ਚ ਲੈ ਲਿਆ, ਕਿਉਂਕਿ ਸਮਤਾ ਪਾਰਟੀ ਦਾ ਲੀਡਰ ਜਾਰਜ ਫਰਨਾਂਡੇ ਸੀ ਅਤੇ ਜਾਰਜ ਫਰਨਾਂਡੇ ਦੀ ਇੱਕ ਅਸਿਸਟੈਂਟ ਕਈ ਗੱਲਾਂ ਕਰਕੇ ਚਰਚਾ 'ਚ ਸੀ, ਅਤੇ ਉਹਦੇ ਨਾਲ ਉਹਦਾ ਨੇੜ ਸੀ ਜੀ, ਉਹਦੇ ਨਾਲ ਦੀ ਉਹਦੀ ਲੜਕੀ ਨਾਲ ਨੇੜ ਸੀ, ਇੱਦਾਂ ਦਾ ਰੌਲਾ ਪੈ ਗਿਆ। ਉਹਦੇ ਤੋਂ ਬਾਅਦ ਭਾਰਤ ਵਿੱਚ ਕਈ ਵਾਰ ਇਹ ਦੋਸ਼ ਲੱਗੇ ਆ, ਖਾਸ ਕਰਕੇ 4-5 ਸਾਲ ਪਹਿਲਾਂ ਜਦੋਂ ਕ੍ਰਿਕਟ ਦੇ ਵਿੱਚ ਲਲਿਤ ਮੋਦੀ ਹੁੰਦਾ ਸੀ ਜੀ, ਉਹ ਤਾਂ ਇਹਨਾਂ ਦੋਸ਼ਾਂ ਦਾ ਮਾਰਿਆ ਜੀ, ਇੱਥੋਂ ਦੇਸ਼ 'ਚੋਂ ਭੱਜ ਗਿਆ ਔਰ ਮੋਟੀ ਕਮਾਈ ਕਰਕੇ ਲੈ ਗਿਆ, ਉਹ ਵੀ ਉਹਦਾ ਜਵਾਈ ਵੀ, 30,000 ਕਰੋੜ ਦਾ ਘਪਲਾ ਕੀਤਾ ਜੀ। ਉਦੋਂ ਇਹ ਦੋਸ਼ ਲੱਗਾ ਕਿ IPL ਦੇ ਖਿਡਾਰੀ ਪੈਸੇ ਲੈ ਦੇ ਕੇ ਮੈਚ ਨਹੀਂ ਹਾਰਦੇ। ਹੁਣ ਇੱਕ ਹੋਰ ਕੰਮ ਹੋਣ ਲੱਗ ਪਿਆ ਕਿ ਸੱਟੇਬਾਜ਼ੀ ਇਸ ਗੱਲ 'ਤੇ ਲੱਗਦੀ ਹੈ ਕਿ 12ਵੇਂ ਓਵਰ ਦਾ ਜਿਹੜਾ 5ਵਾਂ ਬਾਲ, 18ਵੇਂ ਓਵਰ ਦਾ 3ਜਾ ਬਾਲ, 11ਵੇਂ ਓਵਰ ਦਾ 4ਥਾ ਬਾਲ, ਇਹਦੇ ਉੱਤੇ ਚੌਕਾ ਵੱਜੇਗਾ ਕਿ ਨਹੀਂ ਵੱਜੇਗਾ ਜੀ, ਵਿਕਟ ਜਾਵੇਗੀ ਕਿ ਨਹੀਂ ਜਾਵੇਗੀ, 9 ਬਾਲ ਹੋਵੇਗਾ ਕਿ ਨਹੀਂ ਹੋਵੇਗਾ, ਇਹਦੇ ਉੱਤੇ ਵੀ ਲੱਗਣ ਲੱਗ ਪਿਆ। ਹੁਣ ਇਹ ਜਦੋਂ ਲੱਗਣ ਲੱਗ ਪਏ ਫਿਰ ਫੜੇ ਗਏ, ਸਾਡਾ ਇੱਕ ਖਿਡਾਰੀ ਹੁੰਦਾ ਸੀ ਸ੍ਰੀ ਸੰਤ, ਕੇਰਲਾ ਦਾ ਸੀ ਜੀ, ਬਹੁਤ ਚੜਿਆ ਸੀ ਪਰ ਚੜੀਤਪੁਣਾ ਵੀ ਇੱਦਾਂ ਕਰਦਾ ਸੀ ਕਿ ਗਰਾਊਂਡ ਦੇ ਵਿੱਚ ਹਰਭਜਨ ਤੋਂ ਹੀ ਚਪੜਾਂ ਖਾ ਲਈਆਂ ਸੀ ਉਹਨੇ ਸਾਡੇ ਪੰਜਾਬ ਵਾਲੇ ਤੋਂ ਜੀ, ਹਟਦਾ ਨਹੀਂ ਸੀ ਪੁੱਠੇ ਕੰਮਾਂ ਤੋਂ, ਉਹਦਾ ਨਾਮ ਹੀ ਆਇਆ ਸੀ। ਪਰ ਸਭ ਤੋਂ ਵੱਧ ਬਦਨਾਮੀ ਹੋਈ ਸੀ ਇੱਕ ਟੀਮ ਦੀ, ਉਹ ਸੀ ਰਾਜਸਥਾਨ ਰਾਇਲਸ ਜਿਹੜੀ ਸ਼ਿਲਪਾ ਸ਼ੈੱਟੀ ਦੀ ਸੀ ਜੀ। ਹੁਣ ਉਦੋਂ ਬਾਅਦ ਸਮਝਿਆ ਜਾਂਦਾ ਸੀ ਕਿ ਜਿੰਨੇ ਪ੍ਰਬੰਧ ਕੀਤੇ ਗਏ ਕ੍ਰਿਕਟ ਵਿੱਚ ਸੱਟੇਬਾਜ਼ੀ ਹੋ ਹੀ ਨਹੀਂ ਸਕਦੀ। ਆ ਪਿਛਲੇ ਹਫ਼ਤੇ ਜੇ ਅਸੀਂ ਵੇਖਿਆ ਕਿ ਕ੍ਰਿਕਟ ਦੀ IPL ਲੜੀ ਫਿਰ ਖਤਮ ਹੋਈ ਆ, ਇਹ ਲੜੀ ਖਤਮ ਹੁੰਦਿਆਂ ਸਾਰੀ ਮਹਾਰਾਸ਼ਟਰ ਦੇ ਵਿੱਚ ਜਿਹੜਾ ਠਾਣੇ ਸ਼ਹਿਰ ਆ ਉੱਥੇ ਉਹਨਾਂ ਨੇ ਇੱਕ ਦਲਾਲ ਫੜ ਲਿਆ ਜਿਹੜਾ ਕ੍ਰਿਕਟ ਦੀ ਸੱਟੇਬਾਜ਼ੀ ਕਰਦਾ ਸੀ ਜੀ, ਦਲਾਲ ਨੇ ਅੱਗੋਂ ਅਰਬਾਜ਼ ਖਾਨ ਦਾ ਨਾਂ ਲਿਆ ਤਾ ਕਿ ਇਹਨੇ ਵੀ 2-3 ਕਰੋੜ ਰੁਪਈਏ ਲਾਏ ਸੀ, ਨੁਕਸਾਨ ਵੀ ਕਰਾਇਆ,
अरबाज खान सलमान खान का भरा, पुलिस लभदी फिरदी है, ये वकीलों वल जाता, पर सलमान के बाप ने आख्या कि जे मेरा पुत्र है जाके वकीलों नूं छड्ड। पहला पुलिस को पेश होकर तो अपनी सारी कहानी दस के आवे कि कुछ सच की है झूठ की है, जे गुनाह किया तो मान ला, नहीं किया साफ दस तेरा नाम क्यों लिया जा रहा जी, पर तू किसी किस्म की गड़बड़ करें ये मैं प्रवान नहीं। चंगी गल उन्हें स्टैंड ले लिया जी। अरबाज खान अजे तक नहीं बोलिया लोगों सामने। हुण इहदे चो लगदा ये है कि अरबाज खान तक घाटा खा के उत्थों मुड़िया जी, असली कमाई करने वाला टोला फिर कोई पिछे है, जिदा अगे ललित मोदी सी, ललित मोदी बाहर चला गया हुण कोई गलत मोदी आ जाएगा। इत्थे बड़े होर ने तुरे फिरदे जी, जिहड़ी चेन्नई की टीम सब तो उपर चढ़ी फिरदी है, इहदा मालिक श्रीनिवासन क्रिकेट का भी प्रधान हुंदा है, भारतीय क्रिकेट कंट्रोल बोर्ड का भी जी, उत्थों सुप्रीम कोर्ट के हुकम से जिस तरह नूं लाया गया, जिवें इहदी अपनी टीम की बदनामी हुई, जिवें इहदे जवाई की बदनामी हुई जी, जिवें उहदा करके धोनी तक बदनामी पहुंची, वह सारयां नूं पता ही पता। पिछले समय से इस सट्टेबाजी के मामलों से जिहड़े जांच करन वाले सी उहनां दी भी सट्टेबाजी ते सौदेबाजी हुंदी रही है जी। दिल्ली पुलिस ने राजस्थान रॉयल्स की जिहड़ी सी टीम की सट्टेबाजी हुंदी फड़ी, तो जिहड़े आई जी रैंक के अफसर नूं सौंपी गई, पता नहीं की सौदा आया की नहीं। उन्हें यह कह के केस क्योंकि राजस्थान का, मैं राजस्थान नूं फाइल भेज रहा, तो फाइल उदों भेजी जदों रिटायर होने वाला सी, दो तीन दिन बाद आप रिटायर हो गया जी। साल तक इत्थे कुछ होया ना, लोगों पुछया फाइल कित्थे, कहिंदे फाइल तो राजस्थान भेजती सी, राजस्थान वाले पुछया, वह कहिंदे फाइल साढ़े को आई नहीं। तो जिहड़ा बंदा एक काला माला करके तुर गया, उन्हूं क्रिकेट कंट्रोल बोर्ड ने अपने क्रिकेट के विच एंटी करप्शन यूनिट का हैड बनाता, जिन्नी तनखा इत्थे सरकार दिंदी सी आई जी तौर पर उन्नी उत्थे मिलन लग पई। तो किसी ने पुछया ही नहीं कि आई जी साहब जो दिल्ली तुसीं करके आए जो तो फाइल ही नहीं लभदी पई। पुआड़ा इत्थे भारत में भी है, ये बाहर भी है। पाकिस्तान वालों की एक बार तीन क्रिकेट खिडारी टैसट मैच खेल गए, लंडन च फड़े गए, एक दिन पहला ही मीडिया वालों को सीडीज आ गई सन कि भलके फलाने ओवर दे फलानी मै बाल के उत्ते आवेगा, ये भी आ गया सी कि इहनू फिर वेखण वास्ते असी प्रबंध किया होया, वो बंदे दलाल सीधियां गल्लां करदे सी कि जिहड़ा फलाना बाल रहा पाकिस्तान का, वह जो बाल सुट्टन जाएगा उहदी खब्बी जेब चों पिछले पास्यों फलाने रंग का एक रुमाल लमकदा होगा जी। अच्छा ये भी है कि जे वो रुमाल लमकदा कढ के बाहर हाथ पूंजे तो नो बाल होगा, जे कढ के ना पूंजे उदा ही चल जाए तो फिर नो बाल नहीं, फिर चौके वास्ते थान देवेगा। इतों तक गल्लां क्लीयर सी, वो जिन्या अगलिया आखियां कि उस तरह ही हो गया कि उन्हें रुमाल कढ़िया कढ के टंग लिया जाके बाल सुट्टी तो नो बाल होगी। इन्नी बारी बेशर्मी नाले काम हुंदा फड़िया गया तो जे फिर भी हुण तो रोक नहीं सकते तो फिर किसी नूं दोष की देना। असल विच ते अंदरे अंदर ही सारी गड़बड़ आ, इंटरनेशनल क्रिकेट काउंसिल च हो सकती है, भारतीय क्रिकेट कंट्रोल बोर्ड च हो सकती है, नहीं तो जवाक तो अपने आप नहीं कर सकते। कल आए मुंडे हुंदे ते अज्ज क्रिकेट दे सट्टेबाजी भी सीख जाते हैं, ये नहीं सीखते, इन्हां नूं सिखाउण वाले गुरु कंटाल उत्थे होर बैठे आ। तो आप कह सकते भी क्रिकेट एवें नहीं फेमस, इहदे पिछे बहुत सारा पैसा लुकिया तां करके, उत्थे तां क्रिकेट दे गेड़ा कढ़न दे उत्ते भी पैसे लगते हैं। सो वेला एक ब्रेक दा जी, ब्रेक तो बाद आप फिर मिलते हैं, बने रहना साडे नाल प्राइम डिस्कशन दे विच। मैं सब अगली गल जी मैं करनी चाहना यह है कि यूपी दे विच सुप्रीम कोर्ट का एक फैसला आया जिहदे च जिहड़े उत्थों दे सबका मुख्यमंत्री सीगे जिहड़े कि सरकारी बंगलों के उपर गुच्छी मार के बैठे से, उन्हां तों बंगले खाली करवाए गए। हुण जदों यूपी च सारा कुछ वापरिया तो हवा जिहड़ी हौली हौली पंजाब वल नूं वी आउण लग पई, तो बीबी रजिंदर कौर पठल होरां दे बंगले ते फिर कहिंदे भी साया मंडरा रहा, ये कितना देखदे सारे कुछ नूं? देखो ये रवाज ही गलत पाया गया। पहला तो यह रवाज इतों तक से कि सबका राष्ट्रपतियां ते सबका प्रधानमंत्रियों नूं बंगला दिता जो जी, वो एक हद तक समझ भी आउंदा सी कि सरकार दे हैड रह चुके आ जी, ते कई इहो जे खतरनाक राज हुंदे आ जिहड़े उहनां दे कोल आ ते सारी उम्र राखी करनी चाहीदी है, नहीं तो विदेशी ताकतों के हाथ भी आ सकते हैं जी। चलो मनिया जा सकता सी, उदा बाकी देशों इदा नहीं गा, ये तो अगे बढ़ गया। डिप्टी मुख्यमंत्रियों वास्ते, डिप्टी प्रधानमंत्रियों वास्ते भी बंगला देने लग पे जी, फिर सूबों से फैसला होने लग पाया, उत्तर प्रदेश ने करता, पंजाब ने करता, सबका मुख्यमंत्रियों ने बंगले दिते जाएंगे, क्यों दिते जाएंगे? यदि किसी ने भी समझ नहीं लगी जी। इत्थे उत्तर प्रदेश के सब तो ज़्यादा पौड़ा से
ਉਹਨਾਂ ਦਾ ਇੱਕ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਉਹਨੂੰ ਬੰਗਲਾ ਮਿਲਿਆ ਜੀ, ਇੱਕ ਸਾਬਕਾ ਮੁੱਖ ਮੰਤਰੀ ਉਹਦਾ ਪੁੱਤਰ ਅਖਿਲੇਸ਼ ਸਿੰਘ ਯਾਦਵ ਉਹਨੂੰ ਬੰਗਲਾ ਮਿਲਿਆ ਜੀ, ਇੱਕ ਬੰਗਲਾ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦਾ ਲੀਡਰ ਜਿਹੜਾ ਕੇਂਦਰ 'ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਉਹਨੂੰ ਮਿਲਿਆ, ਇੱਕ ਸਾਬਕਾ ਮੁੱਖ ਮੰਤਰੀ ਭਾਜਪਾ ਲੀਡਰ ਅਤੇ ਕਿਸੇ ਸਟੇਟ 'ਚ ਗਵਰਨਰ ਲੱਗਾ ਕਲਿਆਣ ਸਿੰਘ ਉਹਨੂੰ ਮਿਲਿਆ, ਇੱਕ ਕੋਈ ਰਾਮ ਪ੍ਰਕਾਸ਼ ਗੁਪਤਾ ਉਹਨੂੰ ਮਿਲਿਆ, ਇੱਕ ਬੰਗਲਾ ਬੀਬੀ ਮਾਇਆਵਤੀ ਨੂੰ ਮਿਲਿਆ ਜੀ, ਜਿਹੜਾ ਨਰਾਇਣ ਦਾ ਤਿਵਾੜੀ ਗਵਰਨਰ ਲਾਇਆ ਸੀ ਅਤੇ ਪੁੱਠੇ ਕੰਮ ਕਰਦਾ ਆਂਧਰਾ ਪ੍ਰਦੇਸ਼ 'ਚ ਫੜਿਆ ਗਿਆ ਸੀ, ਉੱਥੋਂ ਲਿਆ ਕੇ ਡਿਸਮਿਸ ਕੀਤਾ ਗਿਆ ਸੀ, ਉਹ ਯੂਪੀ ਦਾ ਵੀ ਸਾਬਕਾ ਮੁੱਖ ਮੰਤਰੀ ਰਹਿ ਚੁੱਕਾ ਅਤੇ ਉੱਤਰਾਖੰਡ ਦਾ ਵੀ, ਇੱਕ ਬੰਗਲਾ ਉਹ ਯੂਪੀ 'ਚ ਲਈ ਬੈਠਾ, ਇੱਕ ਉੱਤਰਾਖੰਡ 'ਚ ਲਈ ਬੈਠਾ, ਇਹ ਤਾਂ ਤਮਾਸ਼ਾ ਹੀ ਬਣ ਗਿਆ। ਸਾਰੇ ਬੰਗਲੇ ਖਾਲੀ ਕਰਨ ਵਾਸਤੇ ਸੁਪਰੀਮ ਕੋਰਟ ਨੇ ਹੁਕਮ ਕੀਤਾ ਕਿ ਇਹ ਬੰਗਲੇ ਇਸ ਤਰ੍ਹਾਂ ਨਹੀਂ ਦਿੱਤੇ ਜਾ ਸਕਦੇ ਜੀ। ਇਹ ਕਿਸਮ ਦੇ ਸਰਕਾਰੀ ਮੁਲਾਜ਼ਮ ਦੇ ਤੌਰ 'ਤੇ ਆਏ ਸਨ, ਪਬਲਿਕ ਸਰਵੈਂਟ ਸਨ, ਤਨਖਾਹ ਮਿਲਦੀ ਸੀ, ਕੰਮ ਕਰਦੇ ਸੀ ਜੀ। ਜਦੋਂ ਇਹ ਉਸ ਅਹੁਦੇ ਦੇ ਅਧਿਕਾਰੀ ਨਹੀਂ ਰਹੇ, ਅਹੁਦਾ ਛੱਡ ਕੇ ਗਏ, ਜਿਸ ਤਰ੍ਹਾਂ ਸਰਕਾਰੀ ਅਧਿਕਾਰੀ ਜਾਂਦੇ ਜਾਣ ਆਪਣੇ ਘਰ ਜੀ, ਸਰਕਾਰੀ ਮੁਲਾਜ਼ਮ ਜਾਂਦੇ ਆਪਣੇ ਘਰ ਜਾਂਦੇ ਨੇ, ਇਹ ਵੀ ਜਾਣ, ਇਹਨਾਂ ਨੇ ਸਰਕਾਰੀ ਬੰਗਲਾ ਕਿੱਦਾਂ? ਬੀਬੀ ਮਾਇਆਵਤੀ ਨੇ ਦੋ ਬੰਗਲੇ ਦੱਬੇ ਸੀ, ਉਹਨੇ ਲਿਖਤਾ ਜੀ ਬਾਬੂ ਕਾਂਸ਼ੀ ਰਾਮ ਮੈਮੋਰੀਅਲ ਹੈ, ਫਿਰ ਜ਼ਿਆਦਾ ਜ਼ੋਰ ਪਿਆ ਅਤੇ ਆਪਣੀ ਰਿਹਾਇਸ਼ ਦਾ ਬੰਗਲਾ ਛੱਡਤਾ ਅਤੇ ਬਾਬੂ ਕਾਂਸ਼ੀ ਰਾਮ ਮੈਮੋਰੀਅਲ ਦਾ ਰੱਖ ਲਿਆ ਅਤੇ ਰਿਹਾਇਸ਼ ਉੱਧਰ ਕਰ ਲਈ ਹੈ ਜੀ, ਬੰਗਲਾ ਕਬਜ਼ੇ 'ਚ ਰੱਖਿਆ। ਅਜੇ ਉਹਦੇ ਉੱਤੇ ਵੀ ਰੇੜਕਾ ਪੈਣਾ। ਸਾਡੇ ਪੰਜਾਬ ਵਿੱਚ ਬੀਬੀ ਰਜਿੰਦਰ ਕੌਰ ਭੱਠਲ 3 ਜਾਂ 4 ਮਹੀਨੇ ਮੁੱਖ ਮੰਤਰੀ ਰਹੀ ਜੀ, ਹਰਚਰਨ ਸਿੰਘ ਬਰਾੜ ਨੂੰ ਲਾ ਕੇ ਬਣੀ ਸੀ। ਉਹਦੇ ਤੋਂ ਬਾਅਦ ਡਿਪਟੀ ਮੁੱਖ ਮੰਤਰੀ ਇੱਕ ਵਾਰ ਫਿਰ ਵੀ ਰਹੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੀ, ਪਰ ਜੇ ਇਹ ਮੁੱਖ ਮੰਤਰੀ ਵੀ ਰਹੀ ਹੋਵੇ ਤਾਂ ਇਹਦੇ ਨਾਲ ਬੰਗਲੇ ਦੇ ਉੱਤੇ ਇਹਦਾ ਅਧਿਕਾਰ ਕੋਈ ਨਹੀਂ ਬਣ ਜਾਂਦਾ। ਉਹ ਬੀਬੀ ਕਹਿੰਦੀ ਹੈ ਜੀ ਮੇਰੀ ਸਿਕਿਉਰਿਟੀ ਨੂੰ ਖਤਰਾ ਜੀ, ਸਿਕਿਉਰਿਟੀ ਨੂੰ ਖਤਰਾ ਤਾਂ ਕਈਆਂ ਨੂੰ ਆ, ਉਹਨਾਂ ਨੂੰ ਸਾਰਿਆਂ ਨੂੰ ਬੰਗਲੇ ਨਹੀਂ ਮਿਲੇ, ਜਿਨ੍ਹਾਂ ਜਿਨ੍ਹਾਂ ਦੇ ਮਿਲੇ ਹੁੰਦੇ ਸਨ ਵਾਪਸ ਲੈ ਗਏ ਨੇ, ਜੇ ਹੋਰ ਕਿਸੇ ਨੂੰ ਚਾਹੀਦਾ ਦਿੱਲੀ ਸਰਕਾਰ ਨੂੰ ਜਾ ਕੇ ਕਹਿ ਦੇਣ ਸਿਕਿਉਰਿਟੀ ਚਾਹੀਦੀ ਹੈ ਜੀ ਸਾਨੂੰ ਬੰਗਲਾ ਚਾਹੀਦਾ ਜੀ, ਸ਼ਾਇਦ ਸਰਕਾਰ ਦੇ ਦੇ। ਅਦਾਲਤ ਇਸ ਵੇਲੇ ਇਹੋ ਜਿਹੇ ਬੰਗਲੇ ਕੋਈ ਨਹੀਂ ਦੇ ਰਹੀ ਕਿਸੇ ਨੂੰ, ਨਹੀਂ ਮੰਨਦੀ ਅਦਾਲਤ ਜੀ, ਕਿਉਂਕਿ ਅਦਾਲਤ ਨਹੀਂ ਮੰਨਦੀ ਅਤੇ ਇਹਨੂੰ ਵੀ ਜਮਹੂਰੀ ਢੰਗ ਨਾਲ ਉਹ ਬੰਗਲਾ ਆਪਣਾ ਛੱਡ ਦੇਣਾ ਚਾਹੀਦਾ ਸੀ, ਉਹਨੇ ਅਜੇ ਤੱਕ ਛੱਡਿਆ ਨਹੀਂ। ਹੁਣ ਇਹਦੇ 'ਚ ਜਿਹੜੀ ਪੰਜਾਬ ਦੀ ਸਰਕਾਰ ਹੈ ਕਸੂਤੀ ਫਸੀ ਹੈ ਜੀ। ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀਆਂ ਨੇ ਬੰਗਲੇ ਨਹੀਂ ਸੀ ਛੱਡੇ, ਜਿਹੜਾ ਪਟੀਸ਼ਨਰ ਸੀ ਫਿਰ ਦੁਬਾਰਾ ਚਲਾ ਗਿਆ ਕਿ ਛੱਡਦੇ ਨਹੀਂ ਜੀ, ਫਿਰ ਆਖਿਆ ਗਿਆ ਛੱਡਣ ਵਾਸਤੇ, ਮੁੜ ਕੇ ਟਾਈਮ ਲੈਣ ਚਲੇ ਗਏ, ਸਾਨੂੰ ਥੋੜ੍ਹਾ ਟਾਈਮ ਦੇ ਦਿਓ, ਸੁਪਰੀਮ ਕੋਰਟ ਨੇ ਆਖਿਆ ਕੋਈ ਟਾਈਮ ਨਹੀਂ ਮਿਲਣਾ, ਤੁਹਾਨੂੰ ਛੱਡਣੇ ਪੈਣੇ ਆ। ਫਿਰ ਵੱਖੋ ਵੱਖਰੀਆਂ ਅਰਜ਼ੀਆਂ ਦੇਣ ਲੱਗੇ, ਕਿਸੇ ਨੂੰ ਕੋਈ ਟਾਈਮ ਨਹੀਂ ਮਿਲਿਆ, ਉਹ ਖਾਲੀ ਕਰਨੇ ਪਏ ਜੀ। ਕੱਲ੍ਹ ਜਾਂ ਪਰਸੋਂ ਦੀ ਗੱਲ ਹੈ, ਮੁਲਾਇਮ ਸਿੰਘ ਯਾਦਵ ਹੋਰਾਂ ਨੇ ਵੀ ਬੰਗਲਾ ਖਾਲੀ ਕਰਤਾ, ਸਾਰਿਆਂ ਨੂੰ ਕਰਨੇ ਪੈ ਰਹੇ ਜੀ। ਜੇ ਉਹਨਾਂ ਨੂੰ ਕਰਨੇ ਪੈ ਰਿਹਾ ਤਾਂ ਬੀਬੀ ਭੱਠਲ ਨੇ ਬੰਗਲਾ ਖਾਲੀ ਕਿਉਂ ਨਾ ਕਰੇ? ਇਹ ਸਰਕਾਰੀ ਕੋਠੀ ਹੈ ਜਿਹਦੇ ਨਾਲ ਉਹਦਾ ਕੋਈ ਨਿੱਜੀ ਤੌਰ 'ਤੇ ਵਾਸਤਾ ਨਹੀਂ ਬਣਦਾ ਜੀ। ਮੈਂ ਇਹਦੇ ਤੋਂ ਵੀ ਅੱਗੇ ਜਾਂਦਾ, ਸਾਡੇ ਮੰਤਰੀਆਂ ਕੋਲ ਜਦ ਤੱਕ ਉਹ ਮੰਤਰੀ ਨੇ ਉਸ ਅਹੁਦੇ ਦਾ ਕਰਕੇ ਜੀ, ਉਹਨਾਂ ਕੋਲ ਬੰਗਲੇ ਹੋਣੇ ਚਾਹੀਦੇ ਆ। ਜਿਹੜੇ MLA ਨੇ ਅਤੇ ਪਾਰਲੀਮੈਂਟ ਮੈਂਬਰ ਨੇ, ਇਹ ਭਾਰਤ ਵਿੱਚ ਗਲਤ ਰਿਵਾਜ ਪਾਇਆ ਕਿ ਸਾਰਿਆਂ ਨੂੰ ਕੋਠੀਆਂ ਦਿੱਤੀਆਂ ਜਾਣ ਅਤੇ ਬੰਗਲੇ ਦਿੱਤੇ ਜਾਣ ਅਤੇ ਫਲੈਟ ਦਿੱਤੇ ਜਾਣ ਜੀ। ਦਿੱਲੀ ਵਿੱਚ ਜਿਹੜੇ ਸੀਨੀਅਰ ਪਾਰਲੀਮੈਂਟ ਮੈਂਬਰ ਆ ਉਹਨਾਂ ਨੂੰ ਕੋਠੀਆਂ ਮਿਲਦੀਆਂ, ਜਿਹੜੇ ਜੂਨੀਅਰ ਨੇ ਉਹਨਾਂ ਨੂੰ 3 ਬੈਡਰੂਮ ਵਾਲਾ ਜਿਹੜੇ ਫਲੈਟ ਨੇ ਉਹ ਮਿਲਦੇ ਆ ਜੀ, ਪਰ ਉਹ ਸਾਰੇ ਖਰਚੇ ਸਰਕਾਰ ਦੇ ਰਹੀ ਹੈ। ਮੈਂ ਵਿਕਸਿਤ ਦੇਸ਼ਾਂ ਜਾ ਕੇ ਵੇਖਿਆ ਜੀ, ਉੱਥੇ ਪਾਰਲੀਮੈਂਟ ਮੈਂਬਰਾਂ ਦੇ ਕੋਲ ਕੋਈ ਫਲੈਟਸ ਕੋਈ ਕੋਠੀਆਂ ਨਹੀਂ ਹੁੰਦੀਆਂ। ਉਹ ਜਦੋਂ ਆਉਂਦੇ ਆ ਪਾਰਲੀਮੈਂਟ ਦੇ ਸਮਾਗਮ ਵਾਸਤੇ, ਜਿੰਨੇ ਦਿਨ ਰਹਿਣਾ ਉਨੇ ਦਿਨਾਂ ਦਾ ਉਹਨਾਂ ਨੂੰ 5-star ਹੋਟਲ ਦਾ ਰਿਹਾਇਸ਼ ਦਾ ਖਰਚਾ ਦੇ ਦਿੰਦੇ ਆ। ਜਦੋਂ ਸੈਸ਼ਨ ਖਤਮ ਹੁੰਦਾ ਉਹਨੂੰ ਕਹਿੰਦੇ ਜਾ ਆਪਣੇ ਘਰ, ਤਨਖਾਹ ਤੈਨੂੰ ਦਿੰਦੀ ਆ, ਤਨਖਾਹ ਲਈ ਚੱਲ ਉੱਥੇ ਰਹਿ। ਉਹਨਾਂ 'ਚੋਂ ਕਿਸੇ ਨੇ ਵੀ ਉੱਥੇ ਕੋਠੀਆਂ ਬੰਗਲੇ ਅਲਾਟ ਨਹੀਂ ਹੋਏ। ਸਾਡੇ ਵਿੱਚ ਤਾਂ ਦਿੱਲੀ ਵਿੱਚ ਵੇਖਿਆ ਗਿਆ ਕਿ ਕਈਆਂ ਨੂੰ ਕੋਠੀਆਂ ਅਲਾਟ ਹੋਈਆਂ, ਅਗਲੇ ਪਾਸੇ ਮਸਾਂ ਚੌਥਾ ਹਿੱਸਾ ਆਪ ਵਰਤਦੇ ਆ, ਪਿੱਛੇ 3/4 ਹਿੱਸਾ 75% ਹਿੱਸਾ ਪਿੱਛੇ ਕਿਰਾਏ 'ਤੇ ਦਿੱਤਾ। ਇਹੋ ਜਿਹੇ ਵੀ ਸੱਜਣ ਨੇ ਜਿਹਨੇ ਉਹਦਾ ਇੱਕ ਪੋਰਸ਼ਨ ਕਿਸੇ ਡਰਾਈ ਕਲੀਨਰ ਨੂੰ ਦਿੱਤਾ, ਇੱਕ ਕਿਸੇ ਢਾਬੇ ਵਾਲੇ ਨੂੰ ਦਿੱਤਾ, ਇੱਕ ਟੈਕਸੀ ਸਟੈਂਡ ਵਾਲਿਆਂ ਨੂੰ ਦਿੱਤਾ ਕਿ ਤੁਸੀਂ 3 ਮਹੀਨੇ ਪਿੱਛੋਂ ਕੰਮ ਮੈਨੂੰ ਦੇ ਦਿਆ ਕਰੋ। ਇੱਕ MP ਤਾਂ ਇੱਦਾਂ ਦਾ ਵੀ ਸੀ ਜਿਹੜਾ ਉਹਨਾਂ ਨੂੰ ਤਿੰਨਾਂ ਨੂੰ ਦੇ ਕੇ ਅਤੇ ਆਪ ਡਰਾਈ ਕਲੀਨਰ ਤੋਂ ਆਪਣੇ ਕੱਪੜੇ ਵੀ ਮੁਫ਼ਤ ਕਰਵਾ ਲੈਂਦਾ ਸੀ, ਢਾਬੇ ਵਾਲਿਆਂ ਤੋਂ ਖਾਣਾ ਵੀ ਦੋਵੇਂ ਟਾਈਮ ਲਈ ਜਾਂਦਾ ਸੀ, ਅਤੇ ਟੈਕਸੀਆਂ ਨੂੰ ਆਖਿਆ ਜਦੋਂ ਲੋੜ ਪਵੇ ਤਾਂ ਟੈਕਸੀ ਦੇ ਦਿਆ ਕਰੋ, ਕਿਰਾਏ ਵੀ ਲਈ ਜਾਂਦੇ ਸੀ। ਇਹ ਵੀ ਕੰਮ ਦਿੱਲੀ ਚੱਲਦਾ ਪਿਆ, ਅਤੇ ਇਹ ਸਹੂਲਤਾਂ ਜਿਹੜੀਆਂ ਉੱਥੇ ਮਿਲਦੀਆਂ ਪਈਆਂ ਉਹ ਵੀ ਬੰਦ ਹੋਣੀਆਂ ਚਾਹੀਦੀਆਂ। ਜਿਹੜੀਆਂ ਰਾਜਾਂ ਵਿੱਚ ਮਿਲਦੀਆਂ ਪਈਆਂ ਉਹ ਭਾਵੇਂ ਕਿਸੇ ਨੂੰ ਵੀ ਮਿਲਦੀਆਂ ਹੋਣ, ਸਾਬਕਾ ਹੋਵੇ ਕੋਈ ਹੋਵੇ ਜੀ, ਆ ਪਿਛਲੀ ਸਰਕਾਰ ਜਿਹੜੀ ਚਲੇ ਗਈ ਅਕਾਲੀ ਭਾਜਪਾ, ਉਹਨਾਂ ਦੇ ਕਈਆਂ ਮੰਤਰੀਆਂ ਨੇ ਅਤੇ MLAs ਨੇ
ਜਦੋਂ ਸਾਲ ਸਾਲ ਤੱਕ ਨਹੀਂ ਛੱਡੇ ਜੀ ਤੇ ਉਹਨਾਂ ਦੇ ਫਿਰ ਤਾਲੇ ਤੋੜੇ ਗਏ ਤੇ ਰੌਲਾ ਬੜਾ ਪਿਆ ਇਸ ਗੱਲ ਤੇ ਉਹ ਵੀ ਨੌਬਤ ਨਹੀਂ ਸੀ ਆਉਣੀ ਚਾਹੀਦੀ। ਹੁਣ ਚੰਗੀ ਗੱਲ ਇਹ ਆ ਕਿ ਬੀਬੀ ਰਜਿੰਦਰ ਕੌਰ ਭੱਠਲ ਵੀ ਇਸ ਗੱਲ ਦੇ ਉੱਤੇ ਜ਼ਿੱਦ ਨਾ ਕਰੇ ਕਿ ਮੈਂ ਬੰਗਲਾ ਰੱਖਣਾ। ਸਿਕਿਉਰਿਟੀ ਦੀਆਂ ਦੂਸਰੀਆਂ ਤੀਸਰੀਆਂ ਗੱਲਾਂ, ਬਥੇਰਾ ਪੈਸਾ, ਪੈਸੇ ਵੱਲੋਂ ਕੋਈ ਕਸਰ ਨਹੀਂ ਗੀ, ਬਿਲਕੁਲ ਸਹੀ। 30 ਸਾਲ ਤੋਂ ਵੱਧ ਤਾਂ ਮੇਰੇ ਖਿਆਲ 35 ਸਾਲ ਤਾਂ ਉਹ MLA ਵੀ ਰਹੀ ਆ, ਉਹਦੇ 'ਚੋਂ 5-6 ਵਾਰ ਮੰਤਰੀ ਵੀ ਰਹੀ ਆ ਜੀ, ਅਤੇ ਇਹ ਤਾਂ ਨਹੀਂ ਹੋ ਸਕਦਾ ਕਿ ਉਹਦੇ ਕੋਲ ਚੰਡੀਗੜ੍ਹ 'ਚ ਘਰ ਹੀ ਨਾ ਹੋਵੇ। ਹੁੰਦਾ ਕਈ ਵਾਰ, ਫਿਰ ਵੀ ਸਰਕਾਰੀ ਬੰਗਲਾ ਛੱਡਣ ਨੂੰ ਦਿਲ ਨਹੀਂ ਕਰਦਾ। ਅਖਿਲੇਸ਼ ਸਿੰਘ ਦੇ ਕੋਲ ਜਿੱਡਾ ਸਰਕਾਰੀ ਬੰਗਲਾ ਜੀ, ਉਹਦੇ ਨਾਲ 5 ਗੁਣਾ ਵੱਡਾ ਆਪਣਾ ਪ੍ਰਾਈਵੇਟ ਬੰਗਲਾ ਹੈਗਾ, ਪਰ ਉੱਥੇ ਜਾਣ ਦੀ ਥਾਂ ਸਰਕਾਰੀ 'ਚ ਫਸਿਆ ਬੈਠਾ। ਇਹ ਛੱਡਣੇ ਚਾਹੀਦੇ ਆ। ਸੋ ਰੌਲਾ ਕਿਤੇ ਨਾ ਕਿਤੇ ਫੀਲਿੰਗ ਦੇ ਨਾਲ ਜੁੜਿਆ ਹੋਇਆ, ਜਗ੍ਹਾ ਨਾਲ ਜੁੜਿਆ ਨਹੀਂ ਹੈਗਾ। ਸੋ ਵੇਲਾ ਇੱਕ ਬ੍ਰੇਕ ਦਾ ਜੀ, ਬ੍ਰੇਕ ਤੋਂ ਬਾਅਦ ਆਪਾਂ ਫਿਰ ਮਿਲਦੇ ਹਾਂ, ਬਣੇ ਰਹਿਣਾ ਸਾਡੇ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਉਹਨੂੰ ਸਾਹਿਬ, ਅਗਲਾ ਸਵਾਲ ਮੈਂ ਪੁੱਛਣਾ ਚਾਹੁੰਦਾ ਪਾਕਿਸਤਾਨ ਨਾਲ ਸੰਬੰਧਿਤ, ਕਿ ਉੱਥੇ ਹੁਣ ਇੱਕ ਕੇਅਰਟੇਕਰ ਸਰਕਾਰ ਜਿਹੜੀ ਹੈ ਉਹਦੇ ਮੁਖੀ ਵਜੋਂ ਜਸਟਿਸ ਨਸੀਰੁਲ ਮਲਕ ਹੋਣਾ ਨੇ ਹਲਫ ਲਿਆ, ਉੱਥੇ ਹੁਣ ਆਮ ਚੋਣਾਂ ਹੋਣੀਆਂ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਕੋਈ ਨਵੀਂ ਪਿਰਤਾ ਜਾਂ ਇਹ ਪਹਿਲਾਂ ਤੋਂ ਚੱਲਦਾ? ਗੁਰਪ੍ਰੀਤ ਜੀ, ਕੁਝ ਦੇਸ਼ਾਂ 'ਚ ਰਿਵਾਜ਼ ਹੈ ਕਿ ਜਦੋਂ ਚੋਣਾਂ ਹੋਣੀਆਂ ਜੀ, ਉਹਨਾਂ ਦੀ ਨਿਰਪੱਖਤਾ ਕਾਇਮ ਰੱਖਣ ਵਾਸਤੇ ਜਿਹੜੀ ਪਹਿਲੀ ਸਰਕਾਰ ਚੱਲਦੀ ਆ ਜੀ, ਉਹਨੂੰ ਨਾ ਰੱਖਿਆ ਜਾਵੇ, ਉਹ ਅਸਤੀਫਾ ਦੇ ਦੇਵੇ ਅਤੇ ਉਹਦੀ ਥਾਂ ਦੇ ਉੱਤੇ ਕੋਈ ਕੇਅਰਟੇਕਰ ਸਰਕਾਰ ਬਣਾਈ ਜਾਵੇ ਜੀ, ਅਤੇ ਉਹ ਸਰਕਾਰ ਦਾ ਮੁਖੀ ਇਹੋ ਜਿਹੇ ਬੰਦੇ ਨੂੰ ਬਣਾਇਆ ਜਾਵੇ ਜਿਹੜਾ ਸਾਰੀਆਂ ਪਾਰਟੀਆਂ ਦਾ ਸਾਂਝਾ ਹੋਵੇ, ਜਿਹਦੇ ਉੱਤੇ ਕਿਸੇ ਧਿਰ ਨੂੰ ਕੋਈ ਇਤਰਾਜ਼ ਨਾ ਹੋਵੇ। ਅੱਛਾ ਜੀ, ਉਹ ਉਨਾ ਚਿਰ ਤੱਕ ਪ੍ਰਧਾਨ ਮੰਤਰੀ ਦੇ ਤੌਰ 'ਤੇ ਜ਼ਿੰਮੇਵਾਰੀਆਂ ਨਿਭਾਵੇਗਾ, ਪਰ ਕੋਈ ਪਾਲਿਸੀ ਡਿਸੀਜਨ ਨਹੀਂ ਲੈ ਸਕਦਾ, ਨੀਤੀਆਂ ਨਾਲ ਸੰਬੰਧਿਤ ਕੋਈ ਫੈਸਲਾ ਨਹੀਂ ਲੈ ਸਕਦਾ, ਨੀਤੀਆਂ ਨੂੰ ਮੋੜਾ ਨਹੀਂ ਦੇ ਸਕਦਾ ਜੀ। ਦੂਜੇ ਦੇਸ਼ਾਂ ਨਾਲ ਸੰਬੰਧਾਂ ਵਿੱਚ ਵੀ ਕੋਈ ਖਾਸ ਫੈਸਲਾ ਉਹ ਨਹੀਂ ਕਰ ਸਕਦਾ, ਦਸਖਤ ਨਹੀਂ ਕਰ ਸਕਦਾ, ਇਹ ਪਾਬੰਦੀਆਂ ਨੇ। ਅੱਛਾ ਜੀ, ਪਾਕਿਸਤਾਨ ਦੇ ਵਿੱਚ ਡੈਮੋਕ੍ਰੇਸੀ 'ਤੇ ਵਿਚਾਰੀ ਕਾਹਦੀ ਆ? 70 ਸਾਲਾਂ ਤੋਂ ਵੱਧ ਹੋ ਗਏ ਦੇਸ਼ ਬਣੇ ਨੂੰ, ਅਤੇ ਅੱਧੇ ਤੋਂ ਵੱਧ ਸਮਾਂ ਉੱਥੇ ਫੌਜੀ ਜਰਨੈਲਾਂ ਦਾ ਰਾਜ ਰਿਹਾ ਜੀ, ਪਰ ਜਿੰਨੀ ਕੁ ਮਾੜੀ ਮੋਟੀ ਡੈਮੋਕ੍ਰੇਸੀ ਹੈਗੀ ਆ ਉਹਦੇ 'ਚ ਉਹਨਾਂ ਨੇ ਵੀ ਇਹ ਰਿਵਾਜ਼ ਰੱਖਿਆ ਕਿ ਜੇ ਸਰਕਾਰ 5 ਸਾਲ ਚੱਲ ਹੀ ਜਾਂਦੀ ਆ ਜੀ, ਅਤੇ ਜਦੋਂ ਨਵੀਆਂ ਚੋਣਾਂ ਹੋਣੀਆਂ, ਨਵੀਆਂ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਸਤੀਫਾ ਦੇ ਦੇ, ਕੋਈ ਸਾਂਝਾ ਬੰਦਾ ਕੰਮ ਚਲਾਊ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ। ਹੁਣ ਨਵਾਜ਼ ਸ਼ਰੀਫ ਦੀ ਸਰਕਾਰ ਜਿਹੜੀ ਸੀ, ਨਵਾਜ਼ ਸ਼ਰੀਫ ਪ੍ਰਧਾਨ ਮੰਤਰੀ ਭਾਵੇਂ ਨਹੀਂ ਰਿਹਾ, ਉਹਦੀ ਪਾਰਟੀ ਨੇ ਨਵਾਂ ਪ੍ਰਧਾਨ ਮੰਤਰੀ ਬਣਾ ਲਿਆ ਜੀ, ਸ਼ਾਹਿਦ ਖਾਕਾਨ ਅਬਾਸੀ, ਉਹ ਸਰਕਾਰ ਨੇ ਆਪਣੇ 5 ਸਾਲ ਪੂਰੇ ਕਰ ਲਏ ਜੀ। ਜਦੋਂ ਨਵਾਜ਼ ਸ਼ਰੀਫ ਨੇ ਸਹੁੰ ਚੁੱਕੀ ਸੀ ਅਤੇ ਉਦੋਂ ਆਸਫ ਅਲੀ ਜ਼ਰਦਾਰੀ ਰਾਸ਼ਟਰਪਤੀ ਹੁੰਦਾ ਸੀਗਾ ਜੀ, ਅਤੇ ਉਹਨੇ ਸਹੁੰ ਚੁਕਾਉਣ ਲੱਗਿਆਂ ਪਾਰਲੀਮੈਂਟ 'ਚ ਆਖਿਆ ਸੀ ਕਿ ਪਾਕਿਸਤਾਨ ਦੇ ਲੋਕਾਂ ਨੂੰ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਪਿਛਲੀਆਂ ਚੋਣਾਂ 'ਚ ਮੈਂ ਅਤੇ ਮੇਰੀ ਪਾਰਟੀ ਜਿੱਤੇ ਸਾਂ, ਅਤੇ ਇਹ ਪਹਿਲੀ ਸਰਕਾਰ ਸੀ ਜਿਹੜੀ ਪਾਕਿਸਤਾਨ 'ਚ 5 ਸਾਲ ਲਗਾਤਾਰ ਚੱਲ ਸਕੀ ਹੈ। ਅਤੇ ਨਵਾਜ਼ ਸ਼ਰੀਫ ਅਤੇ ਉਹਦੇ ਬੰਦੇ ਮਜ਼ਾਕ ਉਡਾਉਂਦੇ ਸੀ ਕਿ 5 ਸਾਲ ਚੱਲੀ ਕਿੱਦਾਂ, 5 ਸਾਲਾਂ 'ਚ 3 ਵਾਰ ਤਾਂ ਪ੍ਰਧਾਨ ਮੰਤਰੀ ਬਦਲਣਾ ਪਿਆ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਜੀ। ਹੁਣ ਅਗਲੇ 5 ਸਾਲ ਨਵਾਜ਼ ਸ਼ਰੀਫ ਦੀ ਪਾਰਟੀ ਦੀ ਸਰਕਾਰ ਵੀ ਚੱਲ ਗਈ ਹੈ, ਪਰ ਹੋਇਆ ਇਹਨਾਂ ਨਾਲ ਵੀ ਇਹੋ ਪ੍ਰਧਾਨ ਮੰਤਰੀ, ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਫਸ ਗਿਆ ਜੀ। ਨਵਾਜ਼ ਸ਼ਰੀਫ ਸਿਰਫ ਅਹੁਦੇ ਤੋਂ ਨਹੀਂ ਲੱਥਾ, ਪਾਰਟੀ ਪ੍ਰਧਾਨਗੀ ਤੋਂ ਵੀ ਲਾਤਾ ਅਤੇ ਅੱਗੇ ਤੋਂ ਚੋਣਾਂ ਲੜਨ ਦੇ ਕਾਬਿਲ ਵੀ ਨਹੀਂ ਰਹਿ ਗਿਆ ਜੀ। ਇਹਦੇ ਬਾਵਜੂਦ ਇਹ ਕ੍ਰੈਡਿਟ ਤਾਂ ਜਾਂਦਾ ਕਿ 5 ਸਾਲ ਉਹ ਵੀ ਸਰਕਾਰ ਚੱਲ ਗਈ ਸੀ, 5 ਇਹ ਵੀ ਚੱਲ ਗਈ ਹੈ। ਅੱਗੋਂ ਹੁਣ ਲੋਕ ਚਾਹੁੰਦੇ ਆ ਕਿ ਡੈਮੋਕ੍ਰੇਟਿਕ ਰਸਤਾ ਚੱਲੇ ਜੀ। ਚੋਣਾਂ ਹੋਣੀਆਂ ਨੇ, ਉਹਨਾਂ ਚੋਣਾਂ ਲਈ ਫਿਰ ਮੌਕੇ ਦੇ ਉੱਤੇ ਆ ਕੇ ਕਿਹਨੂੰ ਬਣਾਇਆ ਜਾਵੇ ਕੰਮ ਚਲਾਊ ਪ੍ਰਧਾਨ ਮੰਤਰੀ, ਇਹਦੇ ਉੱਤੇ ਸਹਿਮਤੀ ਨਹੀਂ ਸੀ ਹੁੰਦੀ ਜੀ। ਜਦੋਂ ਪਿਛਲੀ ਵਾਰੀ ਚੋਣਾਂ ਹੋਣੀਆਂ ਸੀ ਉਦੋਂ ਸਹਿਮਤੀ ਹੋ ਗਈ ਸੀ ਨਜ਼ਮ ਸੇਠੀ ਦੇ ਨਾਂ 'ਤੇ, ਉਹ ਇੱਕ ਅਖਬਾਰ ਦਾ ਐਡੀਟਰ ਸੀ। ਅੱਛਾ ਜੀ, ਉੱਦਾਂ ਨਾ ਸਰਕਾਰ ਨਾਲ ਉਹਦੀ ਬਣਦੀ ਸੀ, ਨਾ ਅਸਟੈਬਲਿਸ਼ਮੈਂਟ ਨਾਲ, ਨਾ ਅਫਸਰਸ਼ਾਹੀ ਨਾਲ, ਨਾ ਫੌਜ ਨਾਲ, ਕਿਸੇ ਨਾਲ ਨਹੀਂ ਬਣਦੀ। 2-3 ਵਾਰੀ ਉਹਨੂੰ ਗ੍ਰਿਫਤਾਰ ਵੀ ਕੀਤਾ ਸੀ, ਪਰ ਇਸ ਗੱਲ 'ਤੇ ਸਹਿਮਤੀ ਹੋ ਗਈ ਸੀ ਕਿ ਬੰਦਾ ਨਿਰਪੱਖ ਆ। ਇਸ ਵਾਰੀ ਕਿਸੇ ਨਾਂ 'ਤੇ ਸਹਿਮਤੀ ਨਹੀਂ ਸੀ ਹੁੰਦੀ, ਅਤੇ ਫਿਰ ਸੁਪਰੀਮ ਕੋਰਟ ਦਾ ਚੀਫ ਜਸਟਿਸ ਰਹਿ ਚੁੱਕਾ ਜਸਟਿਸ ਨਸੀਰੁਲ ਮਲਕ, ਉਹਦੇ ਨਾਂ 'ਤੇ ਸਹਿਮਤੀ ਹੋ ਗਈ ਆ ਕਿ ਚਲੋ ਜੀ ਤੁਹਾਡਾ ਵੀ ਸਾਡਾ ਵੀ ਸਾਰਿਆਂ ਦਾ ਇਹਨੂੰ ਸਾਂਝਾ ਹੀ ਮੰਨ ਲਓ ਜੀ, ਇਹ ਸਾਂਝਾ ਬੰਦਾ ਚੋਣਾਂ ਕਰਵਾ ਦੇਵੇ, ਫਿਰ ਵੇਖੀ ਜਾਵੇਗੀ ਆਪੇ ਚੋਣਾਂ ਤੋਂ ਬਾਅਦ ਲੋਕ ਜਿਸ ਤਰ੍ਹਾਂ ਦਾ ਫਤਵਾ ਦੇਣਗੇ, ਜੋ ਕਹਿਣਗੇ ਉਹਦੇ ਮੁਤਾਬਕ ਅਗਲੀ ਵਾਰੀ ਸਰਕਾਰ ਬਣਾ ਲਵਾਂਗੇ। ਇੱਕ ਵਾਰੀ ਕੰਮ ਚਲਾਓ ਇਹਨਾਂ ਨੇ ਪ੍ਰਬੰਧ ਕਰ ਲਿਆ ਜੀ। ਰਾਸ਼ਟਰਪਤੀ ਮਮਨੂਨ ਹੁਸੈਨ ਉਹ ਹੀ ਹੈ ਜਿਹਨੂੰ ਨਵਾਜ਼ ਸ਼ਰੀਫ ਨੇ ਬਣਾਇਆ, ਉਹ ਵੀ ਚੱਲਦਾ ਪਿਆ ਅਜੇ। ਪਰ ਇਹ ਨਹੀਂ ਸਮਝਣਾ ਚਾਹੀਦਾ ਕਿ ਇਹ ਸਾਰਾ ਕੁਝ ਇਹਦੇ ਬਾਅਦ ਠੀਕ ਠਾਕ ਰਹਿਣਾ, ਜਿਹੜਾ ਕੰਮ ਚਲਾਓ ਪ੍ਰਧਾਨ ਮੰਤਰੀ ਉਹ ਤਾਂ ਸਿਰਫ ਰਾਜਧਾਨੀ 'ਚ ਹੋਵੇਗਾ ਜੀ, ਥੱਲੇ ਜਿਹੜੀ ਮਸ਼ੀਨਰੀ ਆ, ਡਿਪਟੀ ਕਮਿਸ਼ਨਰ ਨੇ, SSP ਨੇ,
ਉਹ ਸਾਰੇ ਤਾਂ ਉਹੀ ਆ ਜਿਹੜੇ ਨਵਾਜ਼ ਸ਼ਰੀਫ ਨੇ ਲਾਏ ਆ, ਉਹ ਤਾਂ ਫਿਰ ਵੀ ਕਿਸੇ ਨਾ ਕਿਸੇ ਢੰਗ ਨਾਲ ਆਪਣੀ 19-21 ਕਰੀ ਜਾਣਗੇ। ਅਤੇ ਪੰਨੂ ਸਾਹਿਬ, ਆਖਰੀ ਸਵਾਲ ਮੈਂ ਪੁੱਛਣਾ ਚਾਹੁੰਦਾ ਜੀ, ਟਰੰਪ ਵਾਲੇ, ਅਮਰੀਕਾ ਵਾਲੇ, ਉਹਨਾਂ ਨੇ ਲੋਹੇ ਦੇ ਅਤੇ ਮੇਰਾ ਖਿਆਲ ਅਲਮੀਨੀਅਮ ਦੇ ਉੱਪਰ ਕੋਈ ਟੈਕਸ ਲਾ ਦਿੱਤਾ ਵੀ ਜੇ ਉਹਦੇ ਇੰਪੋਰਟ ਕਰਨ 'ਤੇ ਟੈਕਸ ਹੈ, ਅਤੇ ਉਹਦੇ ਨਾਲ ਤੁਹਾਨੂੰ ਲੱਗਦਾ ਕਿ ਬਾਕੀ ਦੇਸ਼ਾਂ ਦੇ ਉੱਪਰ ਵੀ ਅਸਰ ਪਊਗਾ? ਮੇਰਾ ਖਿਆਲ ਭਾਰਤ ਦੇ ਉੱਪਰ ਵੀ ਕੋਈ ਅਸਰ ਪੈ ਸਕਦਾ। ਦੇਖੋ, ਭਾਰਤ ਦੇ ਵਿੱਚੋਂ ਜਿੰਨਾ ਅਲਮੀਨੀਅਮ ਅਤੇ ਜਿੰਨਾ ਸਟੀਲ ਅਮਰੀਕਾ ਵਾਲੇ ਬਾਹਰੋਂ ਮੰਗਵਾਉਂਦੇ ਆ ਜੀ, ਬਹੁਤ ਵੱਡੀ ਪੱਧਰ 'ਤੇ ਮੰਗਵਾਉਂਦੇ ਆ, ਦੂਰ ਦੂਰ ਤੋਂ ਵੀ ਮੰਗਵਾਉਂਦੇ ਆ ਜੀ, ਨਾਲ ਲੱਗਦੇ ਕਨੇਡਾ 'ਚੋਂ ਵੀ ਮੰਗਵਾਉਂਦੇ ਆ। ਉਹ ਜਿੰਨਾ ਟੋਟਲ ਅਮਰੀਕਾ ਵਾਲੇ ਬਾਹਰੋਂ ਲੈਂਦੇ ਆ, ਉਹਦੇ 'ਚੋਂ 3% ਸਾਡਾ ਭਾਰਤ ਵਾਲਿਆਂ ਦਾ ਜੀ, ਸਾਡੇ ਨਾਲ ਥੋੜ੍ਹਾ ਜਿਹਾ ਵੱਧ ਚੀਨ ਵਾਲਿਆਂ ਦਾ, ਕਨੇਡਾ ਵਾਲਿਆਂ ਦਾ ਹੋਰ ਵੱਧ ਹੈ। ਉਹਦੇ ਉੱਤੇ ਡੋਨਲਡ ਟਰੰਪ ਨੇ ਇਹ ਕਹਿ ਕੇ ਇੰਪੋਰਟ ਡਿਊਟੀ ਲਾ ਦਿੱਤੀ, ਟੈਕਸ ਵਧਾ ਤਾ ਅੰਦਰ ਆਉਣ ਦਾ, ਕਿ ਜਿਹੜੀ ਸਾਡੀ ਆਪਣੀ ਇੰਡਸਟਰੀ ਆ ਉਹ ਮਾਰ ਖਾ ਰਹੀ ਆ, ਬਾਹਰ ਦਾ ਮਾਲ ਆ ਕੇ ਇੱਥੇ ਸਸਤਾ ਲੱਗੀ ਜਾ ਰਿਹਾ ਅਤੇ ਸਾਡਾ ਮਾਲ ਨਹੀਂ ਵਿਕਦਾ ਜੀ। ਆਖਿਆ ਇਹ ਨਹੀਂ ਕਿ ਸਾਡਾ ਮਾਲ ਮਹਿੰਗਾ ਅਤੇ ਤੁਹਾਡਾ ਬਾਹਰੋਂ ਸਸਤਾ ਆਉਂਦਾ, ਆਖਿਆ ਇਹ ਹੈ ਕਿ ਸਾਡੀਆਂ ਕੁਛ ਲੋੜਾਂ ਇਸ ਤਰ੍ਹਾਂ ਦੀਆਂ ਡਿਫੈਂਸ ਵਾਸਤੇ ਜਿੱਥੇ ਅਸੀਂ ਅਲਮੀਨੀਅਮ ਅਤੇ ਸਟੀਲ ਵਰਤਣੀ ਆ ਜੀ, ਅਤੇ ਜੇ ਬਾਹਰ ਦੀ ਅਲਮੀਨੀਅਮ ਅਤੇ ਸਟੀਲ ਆਵੇ ਉਹਨੂੰ ਅਸੀਂ ਉਹਨਾਂ ਖੇਤਰਾਂ 'ਚ ਵਰਤ ਨਹੀਂ ਸਕਦੇ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਅਲਮੀਨੀਅਮ ਅਤੇ ਸਟੀਲ ਜਿਹੜੀ ਆ ਇਹਦੀ ਬਾਹਰੋਂ ਇੰਪੋਰਟ ਘਟਾਈ ਜਾਵੇ ਅਤੇ ਅੰਦਰ ਦੀ ਵਧਾਈ ਜਾਵੇ ਜੀ, ਤਾਂ ਕਿ ਸਾਡੀਆਂ ਡਿਫੈਂਸ ਦੀਆਂ ਲੋੜਾਂ ਜਿਹੜੀਆਂ ਉਹਨਾਂ ਨੂੰ ਅਸੀਂ ਸੰਭਾਲ ਸਕੀਏ ਅਤੇ ਭੁਗਤਾ ਸਕੀਏ। ਅਸਲੀ ਗੱਲ ਕਾਰੋਬਾਰ ਦੀ ਹੈ ਕਿ ਅਮਰੀਕਨ ਕੰਪਨੀਆਂ ਕੱਚਾ ਮਾਲ ਵੀ ਡਾਲਰ 'ਚ ਖਰੀਦਦੀਆਂ ਨੇ, ਲੇਬਰ ਦੇ ਪੈਸੇ ਵੀ ਡਾਲਰ 'ਚ ਦਿੰਦੀਆਂ ਨੇ, ਪਰ ਜਦੋਂ ਮਾਲ ਬਣਦਾ ਜੀ ਅਤੇ ਡਾਲਰ ਦੇ ਹਿਸਾਬ ਨਾਲ ਮਹਿੰਗਾ ਹੋ ਜਾਂਦਾ। ਅਸੀਂ ਕਿਉਂਕਿ ਡਾਲਰ ਦੇ ਮੁਕਾਬਲੇ ਬਹੁਤ ਸਸਤੀ ਕਰੰਸੀ ਵਾਲੇ ਹਾਂ, ਸਾਡੇ ਕੋਲ ਉੱਥੇ ਰੁਪਈਏ 'ਚ ਬਣਿਆ ਮਾਲ, ਰੁਪਈਏ 'ਚ ਕੱਚਾ ਮਾਲ, ਰੁਪਈਏ 'ਚ ਲੇਬਰ, ਉੱਥੇ ਜਾ ਕੇ ਵੀ ਉਹਨਾਂ ਦੇ ਮੁਕਾਬਲੇ ਸਸਤਾ ਪੈਂਦਾ ਜੀ, ਅਤੇ ਚੀਨ ਦਾ ਸੜਕ ਤੋਂ ਵੀ ਸਸਤਾ। ਹੁਣ ਉਹ ਚੀਨ ਵਾਲਿਆਂ ਨੇ ਤਾਂ ਪਿਛਲੇ ਹਫ਼ਤੇ ਸਿੱਧਾ ਹੀ ਕਹਿਤਾ ਸੀ ਕਿ ਟਰੰਪ ਸਾਹਿਬ ਤੁਸੀਂ ਆਪਣੀਆਂ ਆਦਤਾਂ ਰੋਕ ਲਓ, ਬ੍ਰੇਕਾਂ ਲਾਓ, ਤੁਸੀਂ ਜੇ ਤੁਸੀਂ ਇੱਦਾਂ ਸਾਡੀਆਂ ਕੰਪਨੀਆਂ ਦਾ ਮਾਲ ਰੋਕਣਾ ਸ਼ੁਰੂ ਕਰ ਦਿੱਤਾ ਅਤੇ ਇੱਕ ਤਰਫਾ ਨਹੀਂ ਰਹਿਣਾ, ਦੋ ਤਰਫਾ, ਅਤੇ ਜਿੱਦਣ ਅਸੀਂ ਤੁਹਾਡਾ ਮਾਲ ਰੋਕਿਆ ਤੁਹਾਡੀਆਂ ਚੀਕਾਂ ਨਿਕਲ ਜਾਣੀਆਂ, ਤੁਹਾਨੂੰ ਪਤਾ ਨਹੀਂ ਤੁਹਾਡਾ ਕਿੰਨੀ ਕਿਸਮ ਦਾ ਇੱਥੇ ਮਾਲ ਆਉਂਦਾ ਪਿਆ ਜੀ। ਇਕੱਲਾ ਭਾਰਤ ਅਤੇ ਚੀਨ ਨੇ, ਜਿਹੜਾ ਫਰਾਂਸ ਦਾ ਰਾਸ਼ਟਰਪਤੀ ਹੈ ਮੈਕਰਨ, ਉਹਨੇ ਫੋਨ ਕਰਕੇ ਡੋਨਲਡ ਟਰੰਪ ਨਾਲ ਡਿਸਕਸ ਕੀਤਾ ਕਿ ਤੁਸੀਂ ਜੋ ਕਰਦੇ ਪਏ ਹਾਂ ਉਹ ਗਲਤ ਹੋ ਰਿਹਾ ਜੀ, ਇਸ ਗਲਤ ਹੋਏ ਨੂੰ ਰੋਕੋ, ਨਹੀਂ ਤਾਂ ਸਾਰੀ ਦੁਨੀਆ ਦੇ ਵਿੱਚ ਟ੍ਰੇਡ ਵਾਰ ਛਿੜ ਜਾਏਗੀ। ਬ੍ਰਿਟੇਨ ਵਾਲਿਆਂ ਨੇ ਆਖਿਆ, ਜਰਮਨੀ ਵਾਲਿਆਂ ਨੇ ਆਖਿਆ, ਪਰ ਤੇ ਟਰੰਪ ਤਾਂ ਟਰੰਪ ਹੈ ਨਾ, ਜੇ ਮੂਡ 'ਚ ਆ ਗਿਆ ਤਾਂ ਪਤਾ ਨਹੀਂ ਜਿਹੜੇ ਪਾਸੇ ਨੂੰ ਗੇਅਰ ਲਾ ਗਿਆ, ਤੁਰਿਆ ਜਾਵੇ। ਹਾਲ ਦੀ ਘੜੀ ਇਹ ਜਾਪਦਾ ਕਿ ਦੁਨੀਆ ਦਾ ਪ੍ਰੈਸ਼ਰ ਉਹਨੂੰ ਸ਼ਾਇਦ ਇਸ ਗੱਲ ਤੋਂ ਕੁਝ ਨਾ ਕੁਝ ਰੋਕੇਗਾ। ਇਹ ਬਸ ਸਾਹਿਬ, ਤੁਸੀਂ ਵੇਲਾ ਕੱਢਿਆ, ਇੰਨੀਆਂ ਵਧੀਆ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਫਿਲਹਾਲ ਪ੍ਰੋਗਰਾਮ ਦਾ ਵੇਲਾ ਖਤਮ ਹੋ ਰਿਹਾ ਜੀ, ਆਪਾਂ ਹੁਣ ਦੁਬਾਰਾ ਮਿਲਾਂਗੇ, ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।